ਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਦੋਸਤੋ ਪ੍ਰੋਗਰਾਮ ਕਲਾ ਤੇ ਕਲਾਕਾਰ ਲੈ ਕੇ ਹਾਜ਼ਰ ਹਾਂ ਇਸ ਪ੍ਰੋਗਰਾਮ ਦੇ ਤਹਿਤ ਹੁਣ ਤੱਕ ਅਸੀਂ ਬਹੁਤ ਸਾਰੇ ਗਾਇਕਾਂ ਗੀਤਕਾਰਾਂ ਸੰਗੀਤਕਾਰਾਂ ਅਦਾਕਾਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਇਹੋ ਜੀ ਸ਼ਖਸੀਅਤ ਆਪੜੀ ਹੈ ਜਿਸ ਨੂੰ ਅਸੀਂ ਬਹੁਪੱਖੀ ਸ਼ਖਸੀਅਤ ਦੇ ਮਾਲਕ ਵੀ ਕਹਿ ਸਕਦੇ ਹਾਂ ਉਹ ਇੱਕੋ ਵੇਲੇ ਪੱਤਰਕਾਰ ਵੀ ਨੇ ਫਿਲਮ ਸਾਜ਼ਵੀ ਨੇ ਫਿਲਮਾਂ ਦੇ ਆਲੋਚਕ ਵੀ ਨੇ ਉਹ ਸ਼ਾਇਰ ਵੀ ਨੇ ਤੇ ਉਹਨਾਂ ਦੇ ਵੱਲੋਂ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰੇ ਉਪਰਾਲੇ ਹੁਣ ਤੱਕ ਕੀਤੇ ਗਏ ਨੇ ਉਹਨਾਂ ਦੀ ਇੱਕ ਪਿੱਛੇ ਜੇ ਕਿਤਾਬ ਰਿਲੀਜ਼ ਹੋਈ ਸੀ ਫਿਲਮ ਸਾਜ਼ੀ ਉਹ ਕਿਤਾਬ ਆ ਜਿਹੜੀ ਬਹੁਤ ਜ਼ਿਆਦਾ ਚਰਚਿਤ ਹੋਈ ਹੈ ਜੋ ਵਿਦਿਆਰਥੀ ਨੇ ਪੱਤਰਕਾਰਤਾ ਖੇਤਰ ਦੇ ਨਾਲ ਜੁੜੇ ਹੋਏ ਉਹਨਾਂ ਦੇ ਲਈ ਉਹ ਕਿਤਾਬ ਬੜੀ ਲਾਹੇਵੰਦ ਹੈ ਕਿਉਂਕਿ ਪੱਤਰਕਾਰਤਾ ਦੇ ਵਿੱਚ ਫਿਲਮ ਸਾਜ਼ੀ ਵੀ ਇੱਕ ਵਿਸ਼ਾ ਹੁੰਦਾ ਜਿਹਦੇ ਬਾਬਤ ਵਿਦਿਆਰਥੀਆਂ ਨੂੰ ਜਾਣਨਾ ਪੈਂਦਾ ਹੈ ਸੋ ਉਸ ਸ਼ਖਸੀਅਤ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਸ਼ਖਸੀਅਤ ਦਾ ਨਾਂ ਹੈ ਬਖਸ਼ਿੰਦਰ ਹੋਰੀ ਬਖਸ਼ਿੰਦਰ ਜੀ ਪਹਿਲਾਂ ਸਭ ਤੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਸੀਂ ਵਕਤ ਕੱਢਿਆ ਸਟੂਡੀਓ ਦੇ ਵਿੱਚ ਆਏ ਸ਼ੁਕਰੀਆ ਡੈਨਾ ਸਾਹਿਬ ਬਖਸ਼ਿੰਦਰ ਜੀ ਅਸੀਂ ਤੁਹਾਡੇ ਬਾਰੇ ਭੂਮਿਕਾ ਦੇ ਵਿੱਚ ਹੀ ਜ਼ਿਕਰ ਕੀਤਾ ਕਿ ਤੁਸੀਂ ਬਹੁਪੱਖੀ ਸ਼ਖਸੀਅਤ ਦੇ ਮਾਲਕ ਹੋ ਥੋੜੀ ਮਿਹਰਬਾਨੀ ਤੇ ਇੱਕ ਤਾਂ ਤੁਸੀਂ ਪੱਤਰਕਾਰਤਾ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਜੀ ਸ਼ਾਇਰ ਵੀ ਹੋ ਜੀ ਤੁਸੀਂ ਫਿਲਮਾਂ ਦੇ ਆਲੋਚਕ ਵੀ ਹੋ ਜੀ ਹੁਣ ਤੁਸੀਂ ਫਿਲਮ ਸਾਜ਼ੀ ਦੇ ਖੇਤਰ ਦੇ ਵਿੱਚ ਵੀ ਪਾਏ ਹੋ ਕਿਤਾਬਾਂ ਵੀ ਕਈ ਲਿਖੀਆਂ ਨੇ ਇਹ ਜੋ ਸਾਰੇ ਖੇਤਰ ਨੇ ਸਾਰੀਆਂ ਗੱਲਾਂ ਦੇ ਵਿੱਚ ਤੁਸੀਂ ਇੱਕ ਸਮਾਨ ਵਿਚਰਦੇ ਹੋ ਇਹ ਕਿਵੇਂ ممکن ਹੁੰਦਾ ਦੇਖੋ ਜੀ 32 33 ਸਾਲ ਕਈ ਅਖਬਾਰਾਂ ਦੇ ਨਿਊਜ਼ ਰੂਮਜ਼ ਵਿੱਚ ਕੰਮ ਕੀਤਾ ਜੀ ਉਹ ਤਾਂ ਮੇਰੀ ਫੁੱਲ ਟਾਈਮ ਜੌਬ ਸੀ ਹਮ ਮੇਰਾ ਰੁਜ਼ਗਾਰ ਸੀ ਮੇਰੀ ਰੋਟੀ ਸੀ ਉਹਦੇ ਨਾਲ ਹੀ ਮੈਨੂੰ ਮੇਰੀ ਡਿਊਟੀ ਲੱਗੀ ਕਿ ਤੁਸੀਂ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਹੁੰਦੀ ਹੈ ਤੇ ਸੁਨੀਚਰਵਾਰ ਨੂੰ ਲਿਖ ਕੇ ਦੇਣਾ ਉਹਦੇ ਬਾਰੇ ਤੇ ਐਤਵਾਰ ਨੂੰ ਛਪਿਆ ਕਰੂਗਾ ਇਹ ਤੁਹਾਡੀ ਡਿਊਟੀ ਦਾ ਹਿੱਸਾ ਹੋਇਆ ਕਰੇਗਾ ਤੇ ਉਹਦੇ ਲਈ ਮੈਂ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਤੇ ਫਿਲਮਾਂ ਦੇਖਣ ਦਾ ਮੇਰਾ ਨਜ਼ਰੀਆ ਕੁਝ ਬਖਰਾ ਰਿਹਾ ਮੈਂ ਆਮ ਦਰਸ਼ਕਾਂ ਵਾਂਗੂ ਫਿਲਮ ਨਹੀਂ ਸੀ ਦੇਖਦਾ ਮੈਂ ਦੇਖਦਾ ਹੁੰਦਾ ਸੀ ਕਿ ਆ ਜਿਹੜਾ ਦ੍ਰਿਸ਼ ਨੇ ਲਿਆ ਜਿਹੜਾ ਸ਼ਾਟ ਲਿਆ ਇਹ ਜਿ ਇਦਾਂ ਲਿੰਦਾ ਤਾਂ ਹੋਰ ਵਧੀਆ ਲੱਗਣਾ ਸੀ ਉਹ ਇੱਕ ਮੇਰਾ ਦੇਖਣ ਦਾ ਨਜ਼ਰੀਆ ਤੇ ਉਹ ਮੈਂ ਮੈਂ ਹਰ ਮਾੜੀ ਤੋਂ ਮਾੜੀ ਫਿਲਮ ਨੂੰ ਵੀ ਦੇਖਣ ਵਿੱਚ ਖੂਬਸੂਰਤ ਕਰ ਲੈਂਦਾ ਸੀ ਮੇਰਾ ਦੇਖਣ ਦਾ ਟਾਂਗੇ ਹੁੰਦਾ ਸੀ ਉਹਨੂੰ ਦੇਖਦਾ ਦੇਖਦਾ ਹੀ ਮੈਂ ਜੇ ਇਦਾਂ ਹੁੰਦੀ ਤਾਂ ਇਦਾਂ ਹੁੰਦੀ ਫਿਲਮਾਂ ਦੇ ਇਹੋ ਜਿਹੇ ਸਦੀਵੀ ਨੁਕਸ ਦੇਖਿਆ 100 ਸਾਲ ਇੰਡੀਅਨ ਸਿਨੇਮਾ ਦੇ ਹੋ ਗਏ ਆ ਲੇਕਿਨ 100 ਤੋਂ ਵੱਧ ਨੁਕਸ ਅਜੇ ਤੱਕ ਵੀ ਉਹਨਾਂ ਫਿਲਮਾਂ ਵਿੱਚ ਆ ਗਿਆ ਜਿਹੜੇ ਵੱਡੇ ਵੱਡੇ ਫਿਲਮ ਸਾਜ਼ਾਂ ਦੀ ਨਜ਼ਰ ਵਿੱਚ ਨਹੀਂ ਆਇਆ ਇਹ ਮੇਰਾ ਦੇਖਣ ਦਾ ਢੰਗ ਸੀ ਫਿਰ ਉਹਨਾਂ ਨੇ ਲਿਖਦਾ ਸੀ ਲਿਖਣ ਤੇ ਲੋਕ ਮੈਨੂੰ ਤੁਹਾਡੇ ਵਰਗੇ ਪੜ੍ਹਨ ਵਾਲੇ ਜਿਹੜੇ ਦੋਸਤ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਭਾਈ ਅਸੀਂ ਤੇਰਾ ਅਖਬਾਰ ਇਸ ਕਰਕੇ ਮੰਗਾਉਂਦੇ ਆ ਐਤਵਾਰ ਨੂੰ ਕਿਉਂਕਿ ਤੇਰੀ ਸਮੀਖਿਆ ਹੁੰਦੀ ਹੈ ਫਿਰ ਉਹਨਾਂ ਤੋਂ ਵੀ ਯਾਰ ਮੈਨੂੰ ਰਿਸਪੌਂਸ ਮਿਲਿਆ ਫੀਡਬੈਕ ਮਿਲਿਆ ਕਿ ਤੂੰ ਲਿਖਿਆ ਕਰ ਲਿਖਣਾ ਜ਼ਰੂਰੀ ਹੈ ਤੇ ਮੇਰੇ ਐਡੀਟਰਸ ਨੇ ਮੇਰੇ ਸੀਨੀਅਰਸ ਨੇ ਮੈਨੂੰ ਉਤਸ਼ਾਹਤ ਕੀਤਾ ਇਹਦੀ ਸ਼ੁਰੂਆਤ ਨਵਾਂ ਜ਼ਮਾਨਾ ਤੋਂ ਹੋਈ ਸੀ ਇੱਕ ਵਾਰੀ ਇੱਕ ਫਿਲਮ ਦੇਖ ਕੇ ਆਇਆ ਸੀ ਤੇ ਮੇਰੇ ਨਾਲ ਮੇਰਾ ਇੱਕ ਸੀਨੀਅਰ ਸੀ ਉਹ ਕਹਿੰਦੇ ਇਹਦੇ ਬਾਰੇ ਸਵੇਰੇ ਅਖਬਾਰ ਨਹੀਂ ਲਿਖਣਾ ਤੇ ਅੱਛਾ ਜੀ ਉਹ ਮੇਰੀ ਪਹਿਲੀ ਸਮੀਖਿਆ ਸੀ ਨਵਾਂ ਜ਼ਮਾਨਾ ਚ ਤੇ ਉਦੋਂ ਤੋਂ ਹੀ ਮੈਨੂੰ ਉਸ ਸਮੀਖਿਆ ਤੋਂ ਬਾਅਦ ਮੇਰਾ ਵੱਖਰਾ ਸਟਾਈਲ ਜਿਹੜਾ ਸੀ ਉਹ ਉਹਦੀ ਇਤਿਸ਼ਾਹ ਦੇ ਤਾਲੁਕਾ ਨੇ ਤੇ ਮੈਂ ਬੜੀ ਮਿਹਨਤ ਕੀਤੀ ਹੈ ਦੇ ਲਈ ਮੈਂ ਹੈਡਿੰਗ ਬੜੇ ਵੱਖਰੇ ਜਿਹਾ ਕੱਢਦਾ ਹੁੰਦਾ ਸੀ ਵੀ ਮੈਂ ਜਿੱਥੇ ਫਿਲਮ ਸਮੀਖਿਆ ਜਿੱਥੋਂ ਮੈਂ ਛੱਡੀ ਉਹ ਉੱਥੇ ਦੀ ਉੱਥੇ ਰਹੀ ਮੇਰਾ ਸਟਾਈਲ ਕਿਸ ਨੇ ਮੁਰਕੀ ਬਖਸ਼ਿੰਦਰ ਜੀ ਮੈਂ ਕਿਤੇ ਪੜਿਆ ਸੀ ਕਿ ਤੁਸੀਂ ਰੰਗਮੰਚ ਦੇ ਨਾਲ ਵੀ ਬੜਾ ਲੰਮਾ ਸਮਾਂ ਜੁੜੇ ਰਹੇ ਹੋ ਉਹ ਰੰਗਮੰਚ ਦੇ ਨਾਲ ਕਿੰਨੀ ਕੁ ਦੇਰ ਜੁੜੇ ਰਹੇ ਤੇ ਕਿੰਨੇ ਕੁ ਨਾਟਕਾਂ ਦੇ ਵਿੱਚ ਤੁਸੀਂ ਕੰਮ ਕੀਤਾ ਰੰਗਮੰਚ ਟੈਣਾ ਜੀ ਮੇਰੇ ਕਾਲਜ ਦੇ ਜ਼ਮਾਨੇ ਦੀ ਗੱਲ ਹੈ 69 70 ਦੀ ਕਿਉਂਕਿ 70 ਚ ਮੈਂ ਬੀਏ ਕੀਤੀ ਆ ਉਹ ਮੈਨੂੰ ਸਨ ਕਦੇ ਨਹੀਂ ਭੁੱਲਦਾ ਤੇ 69 70 ਦੇ ਵਿੱਚ ਮੈਂ ਕਾਲਜ ਵਿੱਚ ਵੀ ਥੋੜਾ ਬਹੁਤਾ ਕਰਦਾ ਰਿਹਾ ਸਟੇਜ ਤੇ ਜਾਂਦਾ ਰਿਹਾ ਫੇ ਮੇਰੇ ਪਿੰਡ ਦੇ ਲਾਗੇ ਇੱਕ ਵੱਡਾ ਪਿੰਡ ਆ ਬਿਲਗਾ ਮੇਰਾ ਪਿੰਡ ਮੁਆਇਆ ਮੈਂ ਬਿਲਗੇ ਦੇ ਵਿੱਚ ਬਿਲਗੇ ਦੇ ਬਖਸ਼ਿੰਦਰ ਵਾਂਗੂ ਹੀ ਜਾਣਿਆ ਜਾਂਦਾ ਕਿਉਂਕਿ ਮੈਂ ਉੱਥੇ ਪੜਿਆ ਉੱਥੇ ਦੋਸਤ ਬੜੇ ਸੀ ਤੇ ਜਨੂਨ ਸੀ ਇੱਕ ਉਹਨਾਂ ਦਿਨਾਂ ਦੇ ਵਿੱਚ ਕਿ ਮੈਂ ਆ ਪਾਜੀ ਗੁਰਸ਼ੰਗਰ ਸਿੰਘ ਉਹਨਾਂ ਦੇ ਨਾਟਕ ਦੇਖਦੇ ਹੁੰਦੇ ਸੀ ਕਿ ਜਾ ਜਾ ਕੇ ਉਹ ਨਾਟਕ ਕਈ ਵਾਰੀ ਲਗਾਤਾਰ ਇੰਨੀ ਵਾਰੀ ਦੇਖ ਲੈਣੇ ਕਿ ਉਹ ਨਾਟਕਾਂ ਦੀ ਸਕ੍ਰਿਪਟ ਤੱਕ ਯਾਦ ਹੋ ਜਾਂਦੀ ਸੀ ਤੇ ਮੈਨੂੰ ਯਾਦ ਆ ਕਿ ਇੱਕ ਵਾਰੀ ਮੈਂ ਤਿੰਨ ਨਾਟਕ ਇੱਕ ਰਾਤ ਵਿੱਚ ਖੜਾਏ ਤੇ ਤਿੰਨਾਂ ਨਾਟਕਾਂ ਦੀ ਸਕ੍ਰਿਪਟ ਜਿਹੜੀ ਆ ਆਰਟਿਸਟਾਂ ਨੂੰ ਮੂਝਵਾਨੀ ਲਿਖਵਾ ਕੇ ਯਾਦ ਕਰਵਾਈ ਸੀ ਤੇ ਇਸ ਤਰ੍ਹਾਂ ਦਾ ਜਨੂੰਨ ਸੀ ਜੀ ਤੇ ਉਹ ਤੁਹਾਨੂੰ ਪਤਾ ਹੈ ਵੀ ਜਿਹੜੀ ਜਿਹੜਾ ਰੰਗਮંચ ਆ ਉਹ ਹੁਣ ਦੇਖਿਆ ਜਾਵੇ ਤਾਂ ਫਿਲਮਾਂ ਦੀ ਪਹਿਲੀ ਪੌੜੀ ਹੈ ਜੀ ਸਹੀ ਤੇ ਜਿਸ ਨੇ 10 20 ਹਜ਼ਾਰ ਦੀ ਆਡੀਅנס ਦੇ ਸਾਹਮਣੇ ਖੜੇ ਹੋ ਕੇ ਸਟੇਜ ਤੇ ਬੋਲ ਲਿਆ ਗੱਲ ਕਰ ਲਈ ਜਾਂ ਐਕਟ ਕਰ ਲਿਆ ਉਹ ਫਿਲਮ ਦੇ ਕੈਮਰੇ ਤੋਂ ਕਦੀ ਨਹੀਂ ਸ਼ਰਮਾਉਂਦਾ। ਇਹਦਾ ਤਾਂ ਫਿਰ ਇਹੀ ਅਰਥ ਨਿਕਲਿਆ ਕਿ ਤੁਸੀਂ ਰੰਗਮੰਚ ਦੇ ਨਾਲ ਜੁੜੇ ਸੀ ਤੇ ਫਿਲਮੀ ਮਾਸਾ ਜਿਹੜੀ ਫਿਰ ਉੱਥੋਂ ਹੀ ਨਿਕਲੀ। ਉਹਦੇ ਵਿੱਚੋਂ ਅਗਲਾ ਹਿੱਸਾ ਮਗਰੋਂ ਜੀ ਕਰਦਾ ਵੀ ਵੱਡੇ ਸਕਰੀਨ ਤੇ ਥੋੜੇ ਜਿਹਾ ਵੱਡੇ ਹੋ ਕੇ ਵੀ ਦਿੱਦੀ ਸੀ। ਤੇ ਕਿਸੇ ਫਿਲਮ ਦੇ ਵਿੱਚ ਵੀ ਖੁਦ ਕੰਮ ਕੀਤਾ ਹਿੰਦੀ ਜਾਂ ਪੰਜਾਬੀ ਦੇ ਵਿੱਚ? ਮੈਂ ਜੀ ਪੰਜਾਬੀ ਫਿਲਮਾਂ ਦੇ ਵਿੱਚ ਦੋਕ ਵਿੱਚ ਕੰਮ ਕੀਤਾ। ਇੱਕ ਫਿਲਮ ਸੀ ਜੈ ਬਾਬਾ ਬਾਲਕਨਾਥ ਸਾਡੇ ਤੇ ਜਲੰਧਰ ਦੇ ਬੰਦਿਆਂ ਨੇ ਬਣਾਈ ਸੀ। ਅੱਛਾ। ਤੇ ਉਹ ਫਿਲਮ ਸ਼ੁਰੂ ਹੀ ਮੇਥੋਂ ਦੀ ਐ ਕਾਸਟਿੰਗ ਖਤਮ ਹੋਣ ਦੇ ਜ਼ਾਰੀ। ਮੇਰਾ ਚਿਹਰਾ ਉਹ ਤੇ ਹੁੰਦਾ ਇੱਕ ਫਿਲਮ ਸੀ ਥਾਣੇਦਾਰ ਉਹ ਚ ਬੜੀ ਅੱਛੀ ਕਾਸਟ ਸੀ ਇਸਤੀਸ਼ ਕੋਲ ਥਾਣੇਦਾਰ ਮੇਨ ਹੀਰੋ ਸੀ ਤੇ ਮੇਰੀ ਮੇਰਾ ਰੋਲ ਸੀ ਇੱਕ ਸਧਾਰਨ ਕਿਸਾਨ ਦਾ ਤੇ ਮੇਰੀ ਵਜ੍ਹਾ ਕਾਰਨ ਉਹ ਜਿਹੜਾ ਥਾਣੇਦਾਰ ਆ ਉਹ ਕੁਝ ਬਦਮਾਸ਼ਾਂ ਨੂੰ ਕੁੱਟਦਾ ਤੇ ਉਹ ਸਾਰੀ ਦਿਹਾੜੀ ਵਿੱਚ ਉਹ ਜਿਹੜੀ ਫਾਈਟ ਸੀ ਕੰਪੋਜ਼ ਹੋਈ ਸੀ ਸ਼ੂਟ ਹੋਈ ਸੀ ਤੇ ਉਹਦਾ ਰੀਜ਼ਨ ਮੈਂ ਸੀ ਅੱਛਾ ਪਰ ਉਹ ਫਿਲਮ ਨਹੀਂ ਬਣੀ ਹੂੰ ਰਿਲੀਜ਼ ਨਹੀਂ ਹੋਈ ਇਦਾਂ ਇੱਕ ਹਿੰਦੀ ਫਿਲਮ ਵਿੱਚ ਮੈਂ ਕੰਮ ਕੀਤਾ ਉਹਦਾ ਨਾਮ ਸੀ ਮਸਤੀ ਹੂੰ ਇਹ ਪਹਿਲਾ ਸੀ ਫਿਲਮੀ ਫਿਲਮ ਇਹ ਤੇ ਕਿਸੇ ਵੇਲੇ ਉਹਦਾ ਨਾਮ ਮਸਤ ਬਲੰਗ ਸੀ ਫਿਰ ਮਸਤੀ ਰੱਖ ਲਿਆ ਉਹਦੇ ਵਿੱਚ ਇੱਕੋ ਇੱਕ ਐਡਵੋਕੇਟ ਹੈ ਉਸ ਫਿਲਮ ਵਿੱਚ that only advocate was performed by me ਹੂੰ ਤੇ ਉਹ ਠੀਕ ਆ ਇਸ ਤੋਂ ਬਾਅਦ ਜਨੂਨ ਨਹੀਂ ਹੋਇਆ ਮੈਨੂੰ ਫਿਲਮਾਂ ਦਾ ਕਿਉਂਕਿ ਜਦ ਤੱਕ ਮੇਰੇ ਬੱਚੇ ਵੀ ਹੋ ਗਏ ਸੀ ਤੇ ਉਹ ਕਿਸੇ ਨੇ ਕਿਹਾ ਵੀ ਮੈਂ ਬਾਜੀ ਤੁਸੀਂ ਕਿਸੇ ਵੇਲੇ ਇੱਕ ਨਾਵਲ ਲਿਖਣਾ ਸ਼ੁਰੂ ਕੀਤਾ ਸੀ ਤੇ ਉਹ ਨਾਵਲ ਦਾ ਕੀ ਬਣਿਆ ਮੈਂ ਕਿਹਾ ਉਹ ਨਾਵਲ ਛੱਡ ਕੇ ਮੈਂ ਫਿਰ ਮਕਾਨ ਬਣਾ ਲਿਆ ਸੀ ਅੱਛਾ ਠੀਕ ਤੇ ਇਸੇ ਤਰ੍ਹਾਂ ਮੈਂ ਬੱਚੇ ਪਾਲਨੇ ਸ਼ੁਰੂ ਕਰਤੇ ਸੀ ਮੇਰੀ ਫਿਲਮ ਉਧਰ ਬਣਨੀ ਸ਼ੁਰੂ ਹੋ ਗਈ ਪਰ ਤੁਸੀਂ ਹਿੰਦੀ ਤੇ ਪੰਜਾਬੀ ਦਾ ਜ਼ਿਕਰ ਤਾਂ ਕਰ ਦਿੱਤਾ ਮੈਨੂੰ ਪਤਾ ਲੱਗਾ ਸੀ ਤੁਸੀਂ ਤਿੰਨ ਅੰਗਰੇਜ਼ੀ ਸੀਰੀਅਲ ਦੇ ਵਿੱਚ ਵੀ ਕੰਮ ਕੀਤਾ ਛੋਟੇ-ਛੋਟੇ ਭਾਵੇਂ ਰੋਲ ਕੀਤੇ ਪਰ ਉਹ ਜਿਹੜੇ ਰੋਲ ਆ ਮੈਂ ਸੋਚਦਾ ਨਿੱਜੀ ਤੌਰ ਦੇ ਉੱਤੇ ਕਿ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਆ ਕਿ ਅੰਗਰੇਜ਼ੀ ਦੇ ਵਿੱਚ ਵੀ ਕੰਮ ਕਰਨਾ ਇਹ ਰੋਲ ਜਿਹੜੇ ਉਹ ਟੈਣਾ ਸਾਹਿਬ ਮੈਂ ਕਹਾ ਉਹ ਮੇਰੀ ਮੇਰਾ ਅਸਲ ਵਿੱਚ ਨਾ ਮੇਰੀ ਕੁਸਪੈਟ ਸੀ ਉਹ ਮੈਂ ਉਹਨਾਂ ਰੋਲਾਂ ਦੇ ਜ਼ਰੀਏ ਉਹਨਾਂ ਜਿਹੜੀਆਂ ਭੂਮਿਕਾਵਾਂ ਦੇ ਜ਼ਰੀਏ ਜਿਨ੍ਹਾਂ ਵਿੱਚ ਇੱਕ ਵੀ ਡਾਇਲੋਗ ਨਹੀਂ ਸੀ ਕਈ ਵਾਰੀ ਹੁੰਦਾ ਤੇ ਸ਼ਾਇਦ ਇੱਕ ਅੱਧਾ ਕਲੋਜ਼ ਅਪ ਵੀ ਨਾ ਮਿਲਿਆ ਹੋਵੇ ਮੈਂ ਉਸ ਬਹਾਨੇ ਹਾਲੀਵੁੱਡ ਦੇ ਡਾਇਰੈਕਟਰਾਂ ਨੂੰ ਹਾਲੀਵੁੱਡ ਦੇ ਕ੍ਰੂਜ਼ ਨੂੰ ਫਿਲਮ ਕ੍ਰੂਜ਼ ਨੂੰ ਕੰਮ ਕਰਦੇ ਦੇਖਣਾ ਚਾਹੁੰਦਾ ਸੀ ਤੇ ਮੈਂ ਉਹਨਾਂ ਦੇ ਵਿੱਚ ਅਸਲ ਵਿੱਚ ਨਾ ਮੇਰਾ ਉਹ ਕਲਾਸਰੂਮ ਸੀ ਅਗਲਾ ਕਲਾਸਰੂਮ ਜੇ ਕਹਿ ਸਕਦੇ ਉਚੇਰੀ ਫਿਲਮ ਸਿੱਖਿਆ ਜਿਹੜੀ ਲੈਣ ਲਈ ਮੈਂ ਉਹਨਾਂ ਨੂੰ ਕੰਮ ਕਰਦੇ ਦੇਖਣਾ ਚਾਹੁੰਦਾ ਸੀ ਮੈਂ ਉਹਨਾਂ ਦੇ ਇਕੁਪਮੈਂਟ ਦੇਖਣੇ ਚਾਹੁੰਦਾ ਸੀ ਮੈਂ ਉਹਨਾਂ ਦੇ ਦੇਖਦਾ ਸੀ ਵੀ ਇੱਕੋ ਟਾਈਮ ਤੇ ਅੱਡੇ ਵੱਡੇ ਸੈੱਟ ਅੱਡੇ ਵੱਡੀਆਂ ਲਾਈਟਾਂ ਇੱਕ ਸੀਰੀਅਲ ਦੇ ਵਿੱਚ ਅਸੀਂ ਕੰਮ ਕਰਨਾ ਕਰਨਾ ਸ਼ੁਰੂ ਕੀਤਾ ਸਵੇਰੇ 10:30 ਵਜੇ ਦੀ ਸ਼ੂਟਿੰਗ ਤੇ ਇੱਦਾਂ ਵਿੰਡੋਜ਼ ਦੇ ਵਿੱਚ ਦੀ ਨਾ ਧੁੱਪ ਆ ਰਹੀ ਸੀ ਤੁਸੀਂ ਤਹਿਣਾ ਸਾਹਿਬ ਹੈਰਾਨ ਹੋਵੋਗੇ ਉਹਨਾਂ ਨੇ ਵਾਰ ਇੰਨੀਆਂ ਵੱਡਾ ਲਾਈਟਾਂ ਦਾ ਉਹਦੇ ਉੱਤੇ ਕ੍ਰੇਨ ਦੇ ਤੇ ਇੰਤਜ਼ਾਮ ਕੀਤਾ ਸੀ ਉਹ ਐਂ ਲੱਗਦਾ ਸੀ ਵੀ ਪੰਜ ਸੂਰਜ ਇਕੱਠੇ ਲਾਏ ਹੋਣਗੇ ਤੇ ਉਹਨਾਂ ਨੇ ਉਹ ਲਾਈਟ ਤਾਂ ਸੂਰਜ ਦੀ ਰੌਸ਼ਨੀ ਤੱਕ ਅੱਗੇ ਤੁਰਦੀ ਜਾਂਦੀ ਸੀ ਤੇ ਉਹਲੇ ਹੁੰਦੀ ਜਾਂਦੀ ਸੀ ਉਹਨਾਂ ਨੇ ਉਸ ਸੂਰਜ ਦੀ ਰੌਸ਼ਨੀ ਉਹਨਾਂ ਲਾਈਟਾਂ ਦੀ ਸਹਾਇਤਾ ਨਾਲ ਉਸੇ ਕੰਟੀਨਿਊਟੀ ਚ ਮੇਨਟੇਨ ਕਰਕੇ ਰੱਖੀ ਸੀ ਉਹ ਮੇਰੇ ਲਈ ਬਹੁਤ ਵੱਡਾ ਜਲਵਾ ਸੀ ਉਹ ਪੰਜ-ਪੰਜ ਕੈਮਰਿਆਂ ਦੇ ਨਾਲ ਜਲਦੀ ਫਿਲਮ ਦੇ ਵਿੱਚ ਸਟਿਲ ਸ਼ੂਟਿੰਗ ਹੋ ਰਹੀ ਆ ਮੈਂ ਕਿਹਾ ਯਾਰ ਆਵਾਜ਼ ਆ ਜਾਣੀ ਹੈ ਤੇ ਸ਼ਟਰ ਦੀ ਪਰ ਉਹ ਕੈਮਰੇ ਬੜੇ ਖਾਸ ਸੀ ਉਹ ਮੈਂ ਬੜਾ ਕੁਝ ਉੱਥੋਂ ਸਿੱਖਣ ਦੀ ਖਾਤਰ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਉਹ ਛੋਟੇ-ਛੋਟੇ ਰੋਲਾਂ ਦੇ ਵਿੱਚ ਜਿਹੜੀ ਮੈਂ ਬਹੁਤ ਕੀਮਤੀ ਸਿਖਲਾਈ ਟ੍ਰੇਨਿੰਗ ਲਈ ਜਾਂ ਸਿੱਖਿਆ ਜੋ ਮੈਂ ਅਬਜ਼ਰਵ ਕੀਤਾ ਵਾਚ ਕੀਤਾ ਉਹ ਲਗ ਚੀਜ਼ ਮੈਂ ਇੱਥੇ ਦੇ ਪੰਜਾਬੀ ਜਾਂ ਹਿੰਦੀ ਫਿਲਮਾਂ ਦੇ ਛੋਟੇ ਐਕਟਰਾਂ ਨਾਲੋਂ ਕਿਤੇ ਵੱਧ ਉੱਤ ਪੈਸੇ ਵੀ ਲਏ ਆ ਜੀ ਤੁਹਾਡੀ ਇੱਕ ਪਿੱਛੇ ਜੇ ਫਿਲਮ ਆ ਜਿਹੜੀ ਉਹ ਤਿਆਰ ਹੋਈ ਆ ਉਹਦਾ ਨਾਂ ਹੀ ਤੇਰੀ ਫਿਲਮ ਹੈ ਜੀ ਆ ਮੈਨੂੰ ਪਤਾ ਲੱਗਾ ਸੀ ਕਿ ਇਹ 30 32 ਮਿੰਟ ਦੀ ਫਿਲਮ ਹੈ ਇਹ ਤੁਸੀਂ ਜਿਹੜੀ ਆ ਸੰਖੇਪ ਦੇ ਵਿੱਚ ਛੋਟੀ ਫਿਲਮ ਬਣਾਈ ਆ ਸ਼ਾਰਟ ਮੂਵੀ ਜੀ ਤੇ ਇਹਨੂੰ ਮੈਨੂੰ ਇਹ ਵੀ ਪਤਾ ਲੱਗਾ ਕਿ ਰਿਲੀਜ਼ ਹਾਲੇ ਤੁਸੀਂ ਕਰਨਾ ਪਰ ਤੁਸੀਂ ਟ੍ਰਾਂਟੋ ਦੇ ਵਿੱਚ ਇਹ ਫਿਲਮ ਫੈਸਟੀਵਲ ਦੇ ਵਿੱਚ ਦਿਖਾ ਵੀ ਦਿੱਤੀ ਆ ਕੀ ਇਸ ਫਿਲਮ ਦਾ ਵਿਸ਼ਾ ਹੈਗਾ ਤੇ ਕਿੰਨੇ ਕਿਰਦਾਰ ਨੇ ਇਹ ਇਹ ਜਿਹੜੀ ਨਾ ਜਿਹੜੀ ਰਿਲੀਜ਼ ਕਰਨ ਦੀ ਗੱਲ ਨਹੀਂ ਹੈਗੀ ਰਿਲੀਜ਼ ਇਹ ਹੋ ਚੁੱਕੀ ਆ ਉੱਥੇ ਵਰਲਡ ਪ੍ਰੀਮੀਅਰ ਟ੍ਰਾਂਟੋ ਚ ਹੋਇਆ ਇਹਦਾ ਆ ਹੁਣ ਰੀਸੈਂਟਲੀ ਅ ਥੋੜੇ ਦਿਨ ਪਹਿਲਾਂ ਹੀ ਤਾਰੀਖ ਫੇਪਲ ਗਈ ਥੋੜੇ ਦਿਨ ਪਹਿਲਾਂ ਹੀ ਨੋਇਡਾ ਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ ਉੱਥੇ ਦਿਖਾਈ ਗਈ ਆ ਤੇ ਫਿਲਮ ਦੀ ਸ਼ਲਾਘਾ ਹੋਈ ਹੈ ਬੜੀ ਪ੍ਰਸ਼ੰਸਾ ਕੀਤੀ ਹੈ ਰਹੀ ਗੱਲ ਇਸ ਦੇ ਸਬਜੈਕਟ ਦੀ ਇਹ ਸਬਜੈਕਟ ਸਾਡੇ ਧੀਆ ਭੈਣਾਂ ਦੇ ਫਿਕਰ ਚੋਂ ਨਿਕਲਦਾ ਸਬਜੈਕਟ ਆ ਕਿ ਆ ਇੱਕ ਤੁਸੀਂ ਸੁਣਿਆ ਹੋਊਗਾ ਲਵ ਜਹਾਦ ਹਾਲਾਂਕਿ ਮੈਂ ਡਾਇਰੈਕਟਲੀ ਫਿਲਮ ਵਿੱਚ ਇਹ ਸ਼ਬਦ ਵੀ ਇਸਤੇਮਾਲ ਨਹੀਂ ਕੀਤਾ ਲੇਕਿਨ ਇਸ ਫਿਲਮ ਦੀ ਗੱਲ ਕਰਨ ਲੱਗਾ ਮੈਨੂੰ ਦੱਸਣਾ ਜ਼ਰੂਰ ਪਊਗਾ ਕਿ ਲਬ ਜਹਾਦ ਨਾਂ ਦੀ ਜਿਹੜੀ ਬੁਰਾਈ ਹੈ ਕਿ ਉਹ ਤੁਸੀਂ ਸਾਰੇ ਜਾਣਦੇ ਹੋ ਬਈ Hindu ਕੁੜੀਆਂ ਨੂੰ ਮੁਸਲਮਾਨ ਮੁੰਡੇ ਬਰਗੜਾ ਕੇ ਆਪਣੇ ਮਗਰ ਲਾ ਲੈਂਦੇ ਆ ਤੇ ਫਿਰ ਇੱਕ ਇਹੋ ਜਿਹੀ ਸਟੇਜ ਪੈਦਾ ਹੋ ਜਾਂਦੀ ਜਦੋਂ ਉਹਨਾਂ ਘਰ ਮੌਣਯੋਗੀਆਂ ਰਹਿੰਦੀਆਂ ਫਿਰ ਉਹਨਾਂ ਨੂੰ ਉਹਨਾਂ ਦਾ ਮਜ਼ਹਬ ਤਬਦੀਲ ਕਰਨ ਲਈ ਕਿਹਾ ਜਾਂਦਾ ਮਜ਼ਹਬ ਤਬਦੀਲ ਕਰਨ ਤੋਂ ਬਾਅਦ ਇੱਥੇ ਤੱਕ ਵੀ ਹਾਲਤ ਹੋ ਜਾਂਦੀ ਹੈ ਕਿ ਜਦੋਂ ਮੁਸਲਮਾਨ ਬਣ ਜਾਂਦੀ ਆ ਮਜ਼ਹਬ ਤਬਦੀਲ ਕਰ ਲੈਂਦੀ ਆ ਇਸਲਾਮ ਗ੍ਰੈਂਡ ਕਰ ਲੈਂਦੀ ਆ ਉਸ ਵੇਲੇ ਉਹਨਾਂ ਨੂੰ ਛੱਡ ਵੀ ਦਿੱਤਾ ਜਾਂਦਾ ਪਰ ਇਹਦਾ ਨਾਂ ਤੇਰੀ ਫਿਲਮ ਕਿਉਂ ਰੱਖਿਆ ਗਿਆ ਤੇਰੀ ਫਿਲਮ ਹੁਣ ਤੱਕ ਵੈਸੇ ਤਾਂ ਬਹੁਤ ਸਾਰੀ ਗੱਲ ਇਹ ਦੇਖ ਕੇ ਦੱਸਣ ਦੀ ਗੱਲ ਆ ਦੋ ਵਿਦਿਆਰਥਣਾਂ ਹੁੰਦੀਆਂ ਇਹਦੇ ਵਿੱਚ ਦੋ ਹੀ ਜਰਨਲਿਜ਼ਮ ਦੀਆਂ ਵਿਦਿਆਰਥਣਾਂ ਮੈਂ ਤੁਹਾਨੂੰ ਦੱਸ ਦਿੰਦਾ ਸੰਕੀਪ ਦੀ ਕਹਾਣੀ ਕੀ ਆ ਇੱਕ Hindu ਕੁੜੀ ਐ ਇੱਕ ਮੁਸਲਮਾਨ ਕੁੜੀ ਐ ਉਹਨਾਂ ਨੂੰ ਅਸਾਈਨਮੈਂਟ ਮਿਲਦੀ ਆ ਜਾਂ ਉਹਨਾਂ ਦੇ ਜਿਹੜਾ ਜਰਨਲਿਜ਼ਮ ਦਾ ਕੋਰਸ ਆ ਮਾਸਟਰ ਆਫ ਜਰਨਲਿਜ਼ਮ ਕਰ ਰਹੀਆਂ ਹੋ ਉਹਦੇ ਵਿੱਚ ਇੱਕ ਪੇਪਰ ਹੁੰਦਾ ਫਿਲਮ ਦਾ ਤੇ ਉਸ ਫਿਲਮ ਦੇ ਪੇਪਰ ਦੇ ਤੁਹਾਨੂੰ ਜੀ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਸ਼ਾਰਟ ਫਿਲਮ ਬਣਾਉਣੀ ਆ ਹਮ ਮੇਰੀ ਸ਼ਾਰਟ ਫਿਲਮ ਵਿੱਚ ਇੱਕ ਸ਼ਾਰਟ ਫਿਲਮ ਦਾ ਜ਼ਿਕਰ ਆ ਜਿਹਦਾ ਉਹਦੇ ਵਿੱਚ ਵੀ ਨਾਂ ਤੇਰੀ ਫਿਲਮ ਆ ਹਮ ਉਹ ਕੁੜੀਆਂ ਆਪਣੀ ਸਕ੍ਰਿਪਟ ਲਿਖਦੀਆਂ ਕਰਦੀਆਂ ਉਹਦੇ ਲਈ ਬਣਾਉਂਦੀਆਂ ਸਾਰਾ ਆਪਾਂ ਕੀ ਕਰਨਾ ਕਿੱਦਾਂ ਕਰਨਾ ਇੱਕ ਦਿਨ ਉਹ ਕਹਿੰਦੀਆਂ ਵੀ ਆਪਣੀ ਕਹਾਣੀ ਜਿਹੜੀ ਆ ਸਕ੍ਰਿਪਟ ਜਿਹੜੀ ਆ ਫਾਈਨਲ ਹੋ ਗਈ ਆ ਤੇ ਉਹ ਆਪਾਂ ਤੈਨੂੰ ਮੈਂ ਸੁਣਾਉਣਾ ਚਾਹੁੰਨੀ ਆ ਹੂੰ ਉਹ ਮੁਸਲਮਾਨ ਕੁੜੀ ਜਿਹਦਾ ਨਾਮ ਹੈਗਾ ਸ਼ਬਨਮ ਕੁਰੈਸ਼ੀ ਹੂੰ ਉਹਨੂੰ ਆਬਾ ਨਾਲ ਦੀ ਕੁੜੀ ਨੂੰ Hindu ਕੁੜੀ ਨੂੰ ਆਪਣੀ ਸਹੇਲੀ ਨੂੰ ਸਕ੍ਰਿਪਟ ਸੁਣਾਉਂਦੀ ਆ ਵੀ ਤੂੰ ਇਹਦੇ ਵਿੱਚ ਨਾ ਦੇਖ ਕੋਈ ਨੁਕਸਾਨ ਨਾ ਹੋਵੇ ਹੂੰ ਉਹ ਉਹਨੂੰ ਸਕ੍ਰਿਪਟ ਸੁਣਾਉਂਦੀ ਆ ਤੇ ਆਬਾ ਦੀਆਂ ਅੱਖਾਂ ਅੱਗੇ ਉਹ ਫਿਲਮ ਚੱਲਣੀ ਸ਼ੁਰੂ ਹੋ ਜਾਂਦੀ ਆ ਹੂੰ ਤੇ ਆਬਾ ਜਿਹੜੀ ਕਿ ਸ਼ਬਨਮ ਦੇ ਭਰਾ ਨੂੰ ਪਿਆਰ ਕਰਦੀ ਆ ਮੁਸਲਮਾਨ ਮੁੰਡੇ ਨੂੰ ਹਿੰਦੂ ਕੁੜੀ ਤਾਂ ਉਧਰ ਜਿਹੜਾ ਹਿੰਦੂ ਉਹ ਮੁਸਲਮਾਨ ਮੁੰਡਾ ਉਸ ਹਿੰਦੂ ਕੁੜੀ ਨੂੰ ਪਿਆਰ ਤਾਂ ਕਰਦਾ ਲੇਕਿਨ ਉਹਦੇ ਵਿੱਚ ਕਿਤੇ ਕਿਤੇ ਇਹ ਗੱਲ ਆ ਕਿ ਮੈਂ ਇਹਨੂੰ ਖਰਾਬ ਕਰਨਾ ਹੁਣ ਇਹ ਆ ਟਰਾਂਸਪੇਰੈਂਟ ਜੀ ਸਿਚੁਏਸ਼ਨ ਬਣ ਜਾਂਦੀ ਆ ਜਿਹਦੇ ਵਿੱਚ ਕਦੇ-ਕਦੇ ਤਾਂ ਉਹਨੂੰ ਲੱਗਦਾ ਕਿ ਮੈਂ ਇਹਨੂੰ ਸੱਚੀ-ਮੁੱਚੀ ਬਹੁਤ ਪਿਆਰ ਕਰਦਾ ਉਹ ਕੁੜੀ ਵੀ ਕਹਿੰਦੀ ਮੈਨੂੰ ਬਹੁਤ ਪਿਆਰ ਕਰਦਾ ਲੱਗਦਾ ਤੇ ਕਦੇ ਕਦੇ ਐਂ ਲੱਗਦਾ ਕਿ ਉਹ ਜਹਾਦੀ ਆ ਉਹਦਾ ਜਹਾਦ ਵਾਲਾ ਪੱਖ ਕਦੇ ਉੱਪਰ ਆ ਜਾਂਦਾ ਕਦੇ ਉਹਦਾ ਆਸ਼ਿਕ ਵਾਲਾ ਪੱਖ ਉੱਪਰ ਆ ਜਾਂਦਾ ਇਸ ਦੇ ਵਿੱਚ ਵਿੱਚ ਉਹਨੂੰ ਪਤਾ ਨਹੀਂ ਲੱਗਦਾ ਕਰ ਕੀ ਰਿਹਾ ਮੈਂ ਪਰ ਉਹ ਫਿਰ ਵੀ ਉਹ ਕੁੜੀ ਨੂੰ ਹਾਸਲ ਕਰਨਾ ਚਾਹੁੰਦਾ ਹੈਗਾ ਫਿਲਮ ਦੀ ਕਹਾਣੀ ਉਹਨੂੰ ਕਹਾਣੀ ਕੁੜੀ ਸੁਣਾਉਂਦੀ ਹੈ ਉਹ ਕਹਿੰਦੀ ਇਸ ਫਿਲਮ ਦੀ ਹੀਰੋਇਨ ਵੀ ਤੇਰੇ ਤਰ੍ਹਾਂ ਇੱਕ ਹਿੰਦੂ ਕੁੜੀ ਹੈ ਜਿਸ ਦਾ ਨਾਮ ਹੈ ਮਹਿਕ ਹੂੰ ਉਦਕ ਮੁਸਲਮਾਨ ਲੜਕੇ ਨੂੰ ਪਿਆਰ ਕਰਦੀ ਹੈ ਜਿਸ ਦਾ ਨਾਮ ਹੈ ਤੌਫੀਕ ਹੂੰ ਉਹ ਫਿਰ ਉਹ ਹੀ ਕੁੜੀ ਤੇ ਉਹ ਹੀ ਮੁੰਡਾ ਉਹ ਫਿਲਮ ਦੇ ਵਿੱਚ ਹੀਰੋ ਹੀਰੋਇਨ ਬਣਿਓ ਤੇ ਤੇਰੀ ਫਿਲਮ ਬਣ ਗਈ ਮੈਂ ਦੱਸ ਦਾਂ ਤੇਰੀ ਫਿਲਮ ਕਿੱਦਾਂ ਉਹ ਐਂਡ ਵਿੱਚ ਜਦੋਂ ਕਹਾਣੀ ਸੁਣਾ ਕੇ ਹਟਦੀ ਆ ਤੇ ਉਹ ਵਾਪਸ ਆਪਣੇ ਉਸੇ ਲੋਕੇਸ਼ਨ 'ਚ ਆਉਂਦੀਆਂ ਜਿੱਥੋਂ ਸ਼ੁਰੂ ਕੀਤੀ ਸੀ ਉਹਨਾਂ ਨੇ ਫਲੈਸ਼ ਫਾਰਵਰਡ ਸੀ ਉਹ ਕਹਿੰਦੀ ਵੀ ਤੂੰ ਉਹਨੂੰ ਇੱਕ ਦਿਨ ਕਹਿੰਦੀ ਵੀ ਤੂੰ ਆਲੋਚਕ ਬਣ ਸਕਦੀ ਆ ਉਹਨੂੰ ਕਹਿੰਦੀ ਵੀ ਤੂੰ ਦੱਸ ਮੇਰੀ ਕਹਾਣੀ ਬਾਰੇ ਇਦੇ ਵਿੱਚ ਕੋਈ ਖਾਮੀਆਂ ਹੈਗੀਆਂ ਤਾਂ ਉਹ ਕਹਿੰਦੀ ਇਹ ਚ ਇੱਕ ਇਹਦੇ ਕਲਾਈਮੈਕਸ ਵਿੱਚ ਇੱਕ ਡਾਇਲੋਗ ਬੁਲਾਇਆ ਤੁਸੀਂ ਕੁੜੀ ਕੋਲੋਂ ਹੀਰੋਇਨ ਕੋਲੋਂ ਜਿਹੜੀ ਉਹ ਕਹਿੰਦੀ ਆ ਵੀ ਅਸਮਾਨ ਤੋਂ ਤਾਰੇ ਤੋੜ ਕੇ ਲਿਆ ਮੈਂ ਤੇਰਾ ਹਰ ਹੁਕਮ ਮੰਨਾਂਗੀ ਕਹਿੰਦੀ ਮੇਰੀ ਫਿਲਮ ਇਹ ਇਦਾਂ ਹੁੰਦੀ ਨਾ ਤੇ ਮੈਂ ਇਹਦੇ ਵਿੱਚ ਕਹਿੰਦੀ ਇਦਾਂ ਨਹੀਂ ਸੀ ਇਹ ਕਰੋਨਾ ਮੈਂ ਉਹਨੂੰ ਕਹਿੰਦੀ ਉਹ ਸੋ ਕਾਲਡ ਹੀਰੋ ਨੂੰ ਉਹ ਸੋ ਕਾਲਡ ਪ੍ਰੇਮੀ ਨੂੰ ਕਹਿਣਾ ਸੀ ਜਾਂ ਮੇਰੀ ਜ਼ਿੰਦਗੀ ਛੋਂ ਨਿਕਲ ਜਾ ਹੂੰ ਬਸ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਫੇਰ ਉਹ ਕੁੜੀ ਕਹਿੰਦੀ ਹੈ ਮੇਰੀ ਫਿਲਮ ਇਹ ਕਿਹਦੀ ਫਿਲਮ ਹੈ ਇਹ ਵੀ ਤਾਂ ਤੇਰੀ ਫਿਲਮ ਹੈ ਹਾਂ ਐਂਡ ਦੈਟ ਇਜ਼ ਦਾ ਟਾਈਟਲ ਆਫ ਮਾਈ ਫਿਲਮ ਬਖਸ਼ੇਂਦਰ ਜੀ ਹੁਣ ਤੱਕ ਤੁਸੀਂ ਚਾਰ ਕਿਤਾਬਾਂ ਵੀ ਲਿਖੀਆਂ ਨੇ ਫਿਲਮੀ ਖੇਤਰ ਦੇ ਉੱਤੇ ਤੇ ਉਹਨਾਂ ਚਾਰਾਂ ਦੇ ਵਿੱਚੋਂ ਇੱਕ ਕਿਤਾਬ ਆ ਜਿਹੜੀ ਉਹਦੇ ਬਾਰੇ ਮੈਂ ਪੜਿਆ ਵੀ ਆ ਕਈ ਥਾਵਾਂ ਦੇ ਉੱਤੇ ਉਹਦੇ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਹੈ ਫਿਲਮ ਸਾਜ਼ੀ ਜੀ ਫਿਲਮ ਸਾਜ਼ੀ ਕੀ ਆ ਕਿਵੇਂ ਆ ਕਦੋਂ ਆ ਕਿੱਥੇ ਆ ਇਹਦੇ ਬਾਬਤ ਬੜੀ ਖੂਬਸੂਰਤ ਜਾਣਕਾਰੀ ਤੁਸੀਂ ਦਿੱਤੀ ਆ ਇਹ ਜਿਹੜੀਆਂ ਫਿਲਮਾਂ ਲਿਖੀਆਂ ਨੇ ਜਾਂ ਜਿਹੜੀਆਂ ਫਿਲਮਾਂ ਦੇ ਉੱਤੇ ਆਧਾਰਿਤ ਕਿਤਾਬਾਂ ਲਿਖੀਆਂ ਨੇ ਇਹਨਾਂ ਦੇ ਬਾਬਤ ਜਾਣਕਾਰੀ ਦਿਓ ਤੇ ਜਿਹੜੀ ਫਿਲਮ ਸਾਜ਼ੀ ਕਿਤਾਬ ਇਹ ਕਿੰਨਾ ਕੁ ਸਮਾਂ ਲੱਗਿਆ ਇਹਨੂੰ ਲਿਖਣ ਦੇ ਲਈ ਤੇ ਇਹਦੇ ਨਾਲ ਇੱਕ ਹੋਰ ਵੱਡੀ ਪ੍ਰਾਪਤੀ ਵੀ ਜੁੜੀ ਹੋਈ ਆ ਕਿ ਯੂਨੀਵਰਸਿਟੀ ਦੇ ਵੱਲੋਂ ਨੇ ਸਿਲੈਕਟ ਕੀਤਾ ਗਿਆ ਇਹਦੇ ਬਾਬਤ ਵੀ ਦੱਸੋ ਇਹ ਇਸ ਤਰ੍ਹਾਂ ਜੀ ਟੈਣਾ ਸਾਹਿਬ ਮੈਂ ਅਸਲ ਵਿੱਚ ਨਾ ਐਮ ਜੀ ਕਰ ਰਿਆ ਸੀਗਾ ਮੈਂ ਮਾਸਟਰ ਆਫ ਜਰਨਲਿਜ਼ਮ ਤੇ ਮੈਂ ਉਸ ਦੇ ਵਿੱਚ ਨਾ ਇੱਕ ਕੁਝ ਦੇਖਿਆ ਵੀ ਇੱਕ ਇੱਕ ਪੇਪਰ ਦੇ ਵਿੱਚ ਨਾ ਕੁਐਸਚਨਸ ਹੁੰਦੇ ਆ ਫਿਲਮਾਂ ਬਾਰੇ ਲਾਈਟ ਕਿੰਨੇ ਕਿਸਮ ਦੀ ਹੁੰਦੀ ਹੈ ਫਿਲਮਾਂ ਲਾਈਟ ਦਾ ਐਸ ਲਾਈਟ ਦਾ ਕੀ ਨਾ ਹੁੰਦਾ ਇਹ ਲਾਈਟ ਦਾ ਪਰਪਸ ਕੀ ਹੁੰਦਾ ਇਦਾਂ ਇਦਾਂ ਦੇ ਸਵਾਲ ਆਉਂਦੇ ਉੱਥੇ ਤੇ ਉੱਥੇ ਮੈਂ ਜਿੰਨੇ ਬੱਚੇ ਮੁੰਡੇ ਕੁੜੀਆਂ ਤੁਰੇ ਫਿਰਦੇ ਦੇਖੇ ਐਗਜ਼ਾਮੀਨੇਸ਼ਨ ਤੋਂ ਪਹਿਲਾਂ ਉਹ ਸਾਰੇ ਇਦਾਂ ਕਿਤਾਬ ਤੋਂ ਕੋਤੋਂ ਮਿਲਦੀ ਨਹੀਂ ਹੈ ਕੀ ਪੜ੍ਹਨਾ ਕੀ ਕੀ ਪਤਾ ਕੀ ਆ ਜਾਣਾ ਹੈਗਾ ਤੇ ਮੇਰਾ ਕਿਉਂਕਿ ਮੈਂ ਫਿਲਮਸ ਮੀਕ ਕਿੱਕ ਸੀ ਮੈਂ ਫਿਲਮਾਂ ਦੇਖਦਾ ਸੀ ਮੈਂ ਸਾਰੇ ਇਫੈਕਟ ਦੇਖਦਾ ਸੀ ਚੀਜ਼ਾਂ ਦੇਖਦਾ ਸੀ ਆਹ ਲਾਈਟ ਨਾ ਹੁੰਦੀ ਤਾਂ ਇੱਥੇ ਕੀ ਹੁੰਦਾ ਜਾਂ ਜਦੋਂ ਸਕਰੀਨ ਤੇ ਲਾਈਟ ਨਹੀਂ ਹੁੰਦੀ ਕੱਲੀ ਆਵਾਜ਼ ਆਉਂਦੀ ਆ ਕਿਵੇਂ ਸਿਨੇਮੇ ਦੇ ਮਾਲਕਾਂ ਨੂੰ ਗਾਲਾਂ ਪੈਂਦੀਆਂ ਜਾਂ ਤਸਵੀਰ ਦਿਸਦੀ ਐ ਆਵਾਜ਼ ਨਹੀਂ ਆਉਂਦੀ ਤਾਂ ਸਿਨੇਮੇ ਦੇ ਮਾਲਕਾਂ ਨੂੰ ਗਾਲਾਂ ਪੈਂਦੀਆਂ ਤੇ ਉੱਥੋਂ ਮੈਂ ਇੱਕ ਸਬਕ ਸਿੱਖਿਆ ਲਾਈਟ ਐਂਡ ਸਾਊਂਡ ਇਹ ਦੋ ਇੰਪੋਰਟੈਂਟ ਚੀਜ਼ਾਂ ਆ ਫਿਲਮ ਦੇ ਵਿੱਚ ਔਰ ਮੈਂ ਆਪਣੀ ਫਿਲਮ ਵਿੱਚ ਵੀ ਲਾਈਟ ਤੇ ਸਾਊਂਡ ਦੇ ਉੱਤੇ ਬਹੁਤ ਪੈਰਾ ਦਿੱਤਾ ਰਹੀ ਗੱਲ ਇਹ ਤੇ ਉਸ ਤੋਂ ਬਾਅਦ ਮੈਂ ਜਦੋਂ ਪੇਪਰ ਦਿੱਤੇ ਜਦੋਂ ਪਾਸ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਮੇਰੇ ਮਨ 'ਚ ਆਇਆ ਵੀ ਇੱਕ ਕਿਤਾਬ ਕਿਉਂ ਨਹੀਂ ਲਿਖੀ ਜਾਵੇ ਅਨੇ ਅਨੇ ਜਵਕਦੇ ਜਵਕਦੇ ਫਿਰਦੇ ਆ ਬੱਚਿਆਂ ਕੋ ਕਿਤਾਬ ਹੀ ਹੈ ਨਹੀਂ ਫਿਲਮ ਮੇਕਿੰਗ ਦੀ ਦਿਸ ਵਨ ਵਿੱਚ ਮੇਰਾ ਜਨੂੰਨ ਸੀ ਮੈਂ ਪੰਜਾਬੀ ਦਾ ਪੱਤਰਕਾਰ ਸੀ ਤੇ ਮੈਂ ਪੰਜਾਬੀ ਵਿੱਚ ਕਿਤਾਬ ਲਿਖ ਦਿੱਤੀ ਆਈ ਗੱਲ ਛਾਪਣ ਦੀ ਦੋ ਸਾਡੇ ਪੰਜਾਬ ਦੇ ਵੱਡੇ ਪਬਲਿਸ਼ਰ ਉਹਨੂੰ ਛਾਪਣ ਲਈ ਤਿਆਰ ਹੋ ਗਏ ਪਰ ਮੈਂ ਆਖਿਆ ਕਿ ਮੇਰੀ ਕਿਤਾਬ ਦੀ ਜਿਹੜੀ ਸ਼ਕਲ ਹੈ ਉਹ ਸਿਨੇਮੇ ਦੇ ਸਕਰੀਨ ਵਾਂਗੂ ਚੌੜੀ ਹੋਊਗੀ ਮੈਂ ਇਦਾਂ ਖੜਮੇ ਦਾ ਕਿਤਾਬ ਨਹੀਂ ਛਾਪਣੀ ਮੂਜੀ ਇਸ ਗਲਤੀ ਬਿਟਰ ਗਏ ਨਹੀਂ 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 ਕਿਤਾਬ ਅਸੀਂ ਸਿੱਧੀ ਛਾਪਾਂਗੇ ਅਸੀਂ ਛਾਪਾਂਗੇ ਫਰੀ ਤੇ ਤੁਹਾਨੂੰ ਅਸੀਂ ਲੈਂਦੇ ਦਿੰਦੇ ਕੱਖ ਨਹੀਂ ਮੈਂ ਕਿਹਾ ਨਹੀਂ ਅਸਲ ਵਿੱਚ ਤਹਿਣਾ ਸਾਹਿਬ ਮੈਂ ਕਿਤਾਬ ਨਹੀਂ ਸੀ ਛਪਾਈ ਮੈਂ ਸੂਟ ਸਮਾਇਆ ਸੀ ਹਮ ਮੈਂ ਉਹਦੀ ਆਪਲਾ ਪਬਲਿਸ਼ਰ ਬਣਿਆ ਮੈਂ ਆਪ ਪੈਸੇ ਲਾਏ ਤੇ ਇਸ ਤਰ੍ਹਾਂ ਉਹਨੂੰ ਸਕਰੀਨ ਵਾਂਗੂ ਛਾਪਿਆ ਜਿਹਦੇ ਉੱਤੇ ਉਹ ਕਲੈਪ ਦੀ ਫੋਟੋ ਆ ਉਸ ਕਿਤਾਬ ਦਾ ਫਿਰ ਮੈਂ ਕੱਲਾ ਕੱਲਾ ਸਫਾ ਜਿਹੜਾ ਪੇਜ ਆਪ ਡਿਜ਼ਾਈਨ ਕਰਾਇਆ ਕੋਲ ਬੈਠ ਕੇ ਉੱਤ ਮੈਂ ਆਪਣਾ ਜਰਨਲਿਜ਼ਮ ਦਾ ਜਿਹੜਾ ਪੱਤਰਕਾਰੀ ਦਾ ਸਾਰਾ ਤਜਰਬਾ ਪਾਇਆ ਉਸ ਕਿਤਾਬ ਵਿੱਚ ਕਈ ਵਿਲੱਖਣਤਾਵਾਂ ਉਹ ਦੇਖਣ ਨੂੰ ਉਹ ਕਿਤਾਬ ਜਦੋਂ ਇਹ ਦਰਸ਼ਕ ਵੀ ਦੇਖਣਗੇ ਦੇਖਣ ਨੂੰ ਪੰਜਾਬੀ ਦੀ ਕਿਤਾਬ ਹੀ ਨਹੀਂ ਲੱਗਦੀ ਹੈਗੀ ਇਦਾਂ ਦੀਆਂ ਕਿਤਾਬਾਂ ਅੰਗਰੇਜ਼ੀ ਸ਼ਬਦੀਆਂ ਦੀਆਂ ਹੂੰ ਉਹ ਕਾਫੀ ਬੁੱਕ ਟਾਈਪ ਉਹ ਸਟਾਈਲ ਦੀ ਕਿਤਾਬ ਆ ਥੋੜੀ ਜੀ ਤੇ ਉਹ ਕਿਤਾਬ ਲਿਖੀ ਛਪ ਗਈ ਤੇ ਬੜੀ ਮਿਹਨਤ ਕੀਤੀ ਬੜੇ ਪੈਸੇ ਲਾਏ ਤੇ ਮੈਂ ਉਹੋ ਚਾਰ ਚਾਰ ਪੰਜ ਪੰਜ 10 10 ਕਿਤਾਬਾਂ ਲੈ ਕੇ ਮੈਂ ਵਕ ਵਕ ਕਾਲਜਾਂ ਵਿੱਚ ਗਿਆ ਟੈਣਾ ਸਾਹਿਬ ਬੜੇ ਦੁੱਖ ਨਾਲ ਕਹਿ ਰਹੇ ਆ ਕਿ ਉਸ ਕਿਤਾਬ ਦੀ ਦੁਰਗਤ ਹੋਈ ਤਾਂ ਸਿਰਫ ਇਸ ਕਰਕੇ ਕਿ ਉਹ ਪੰਜਾਬੀ ਵਿੱਚ ਲਿਖੀ ਹੋਈ ਹੈ। ਉਹੋ ਉੱਥੇ ਉਹ ਕਹਿਣ ਪੰਜਾਬ ਵਿੱਚ ਪੰਜਾਬੀ ਵਿੱਚ ਲਿਖੀ ਹੋਈ ਨਹੀਂ ਵਧੀਆ ਕਿਤਾਬ ਵਾਹਦ ਇੱਕ ਕਿਤਾਬ ਜੇ ਤੱਕ ਆ ਹੂੰ ਫਿਲਮ ਮੇਕਿੰਗ ਬਾਰੇ ਤੇ ਮੈਨੂੰ ਸਾਰਿਆਂ ਨੇ ਉੱਥੇ ਇਹੀ ਗੱਲ ਕਹੀ ਲੋਕਾਂ ਨੂੰ ਕਈ ਕਾਲਜਾਂ ਵਿੱਚ ਕਿਤਾਬ ਮੇਰੀ ਲਈ ਵੀ ਉਹ ਐਸੀ ਗੱਲ ਨਹੀਂ ਕਿਤਾਬ ਲਈ ਵੀ ਬੱਚਿਆਂ ਨੇ ਲਈ ਆਊਟ ਆਫ ਦੀ ਵੇ ਜਾ ਕੇ ਲਈ ਕਈਆਂ ਨੇ ਤਾਂ ਬਾਹਰ ਸਾਡੀ ਅਸੀਂ ਆਪਣੇ ਲਈ ਲੈਣੀ ਆ ਕਾਲਜਾਂ ਦੇ ਵਿੱਚ ਵੀ ਲਈ ਗਈ ਲਈ ਪਰ ਕਿਸੇ ਨੇ ਉਹਨੂੰ ਉਹ ਮਾਣ ਨਹੀਂ ਦਿੱਤਾ ਜਿਹੜਾ ਕਿਤਾਬ ਨੂੰ ਉਸ ਨੂੰ ਮਿਲਣਾ ਚਾਹੀਦਾ ਸੀ ਤੇ ਉਹ ਹੋਇਆ ਇਹ ਕਿ ਜੇ ਅੰਗਰੇਜ਼ੀ ਵਿੱਚ ਹੁੰਦੀ ਜਾਂ ਹਿੰਦੀ ਵਿੱਚ ਹੁੰਦੀ ਅਸੀਂ ਲੈ ਲੈਂਦੇ ਹਮ ਅਸੀਂ ਸਾਨੂੰ ਅਸੀਂ ਪੰਜਾਬੀ ਦੀ ਕਿਤਾਬ ਤਾਂ ਅਸੀਂ ਕਾਲਜ ਵਿੱਚ ਲਿਆ ਨਹੀਂ ਸਕਦੇ ਹਮ ਬੜੀ ਤਕਲੀਫ ਹੋਈ ਫਿਰ ਮੈਂ ਭੁੱਲ ਭੁੱਲ ਗਿਆ ਤੇ ਕੁਝ ਕਿਤਾਬਾਂ ਕਾਪੀਆਂ ਮੇਰੇ ਕੋ ਘਰੇ ਪਈਆਂ ਸੀ ਤੋਂ ਬਾਅਦ ਮੇਰਾ ਕੈਨੇਡਾ ਜਾਣ ਹੋ ਗਿਆ ਇੱਕ ਦਿਨ ਕੈਨੇਡਾ ਮੈਨੂੰ ਫੇਸਬੁੱਕ ਦੇ ਉੱਤੇ ਕਿਸੇ ਪ੍ਰੋਫੈਸਰ ਨੇ ਉਸ ਦਿੱਲੀ ਯੂਨੀਵਰਸਿਟੀ ਦੇ ਡਾਕਟਰ ਮਨਜੀਤ ਸਿੰਘ ਉਹਨਾਂ ਨੇ ਮੈਨੂੰ ਮੈਸੇਜ ਪਾਇਆ ਪਹਿਲਾਂ ਤਾਂ ਮੈਸੇਜ ਆ ਬਖਸ਼ਿੰਦਰ ਜੀ ਤੁਸੀਂ ਮੈਨੂੰ ਆਪਣਾ ਆ ਮੇਰਾ ਟੈਲੀਫੋਨ ਨੰਬਰ ਹੈ ਤੇ ਗੱਲ ਕਰੋ ਆ ਮੇਰੀ ਈਮੇਲ ਹੈ ਇਹ ਤੇ ਈਮੇਲ ਕਰੋ ਪਹਿਲਾਂ ਤਾਂ ਮੈਨੂੰ ਗੁੱਸਾ ਆਇਆ ਮੈਂ ਕਿਹਾ ਵੀ ਕੀ ਯਾਰ ਗੱਲ ਹੋਈ ਵੀ ਮੈਂ ਬੰਦੇ ਨਾਲ ਗੱਲ ਕਰਾਂ ਤੂੰ ਹੁਣ ਗੱਲ ਕਰ ਰਿਆ ਕਰਦੇ ਜਿਹੜੀ ਕਰਨੀ ਖੈਰ ਜੀ ਮੈਨੂੰ ਨੇ ਮੇਲ ਕੀਤੀ ਲੋ ਜੀ ਤੁਸੀਂ ਹੁਕਮ ਕੀਤਾ ਸੀ ਮੈਂ ਤੁਹਾਡੇ ਨਾਲ ਸੰਪਰਕ ਕਰਾਂ ਮੈਂ ਕਰ ਲਿਆ ਦੱਸੋ ਉਹਨੇ ਫੇਰ ਉੱਥੇ ਹੀ ਫੇਸਬੁੱਕ ਤੇ ਪਾਈ ਕਿ ਤੁਹਾਡੀ ਫਿਲਮਾਂ ਬਣਾਉਣ ਬਾਰੇ ਕਿਤਾਬ ਕਿਤਾਬ ਦਾ ਟਾਈਟਲ ਵੀ ਨਹੀਂ ਸੀ ਦਿੱਲੀ ਯੂਨੀਵਰਸਿਟੀ ਨੇ ਆਪਣੇ ਸਿਲੇਬਸ ਵਿੱਚ ਅੰਡਰ ਗ੍ਰੈਜੂਏਟ ਕੋਰਸਸ ਵਿੱਚ ਸ਼ਾਮਿਲ ਕਰ ਲਈ ਹੂੰ ਚਾ ਵੀ ਹੋਇਆ ਤੇ ਮਨ ਚ ਖੁਦਕੁਤੀ ਵੀ ਲੱਗੀ ਹੋਵੇ ਬਹੁਤ ਵੱਡਾ ਮਜ਼ਾਕ ਵੀ ਹੋ ਸਕਦਾ ਤੇ ਨਾ ਬਖਸ਼ਿੰਦਰ ਇਹ ਮਜ਼ਾਕ ਹੋਇਆ ਤੂੰ برداشت ਨਹੀਂ ਕਰ ਸਕੇਂਗਾ ਤੇ ਮੈਂ ਕਿਹਾ ਜੀ ਨਹੀਂ ਨਹੀਂ ਇਦਾਂ ਨਹੀਂ ਗੱਲ ਹੁੰਦੀ ਤੁਸੀਂ ਦਿੱਲੀ ਯੂਨੀਵਰਸਿਟੀ ਨੂੰ ਮੈਨੂੰ ਆ ਮੇਰਾ ਐਡਰੈਸ ਆ ਮੇਰਾ ਈਮੇਲ ਆਈਡੀ ਆ ਮੇਰਾ ਟੈਲੀਫੋਨ ਨੰਬਰ ਆ ਤੁਸੀਂ ਦਿੱਲੀ ਯੂਨੀਵਰਸਿਟੀ ਨੂੰ ਕਹੋ ਕਿ ਮੈਨੂੰ ਉਹ ਖਾਤੋ-ਕਿਤਾਬਤ ਕਰੇ ਤਾਂ ਮੈਨੂੰ ਯਕੀਨ ਹੋਣਾ ਮੈਨੂੰ ਇਦਾਂ ਮੂਝਵਾਨੀ ਕਿਹੜੀ ਗੱਲ ਆ ਬਿਲਕੁਲ ਸਰ ਜੀ ਮੈਨੂੰ ਉਹ ਡਾਕਟਰ ਰਵੀਲ ਸਿੰਘ ਹੈਡ ਆਫ ਦਾ ਡਿਪਾਰਟਮੈਂਟ ਪੰਜਾਬੀ ਡਿਪਾਰਟਮੈਂਟ ਦਿੱਲੀ ਯੂਨੀਵਰਸਿਟੀ ਉਹਨਾਂ ਦੀ ਮੇਲ ਆਈ ਤੇ ਉਹਨਾਂ ਨੇ ਇੱਕ ਮੈਨੂੰ ਚਿੱਠੀ ਹਾਰਡ ਕਾਪੀ ਅਟੈਚ ਕੀਤੀ ਨਾਲ ਤਾਂ ਮੈਨੂੰ ਯਕੀਨ ਹੋਇਆ ਫਿਰ ਉਹ ਕਹਿੰਦੇ ਜੀ ਇਹ ਸਾਰੀ ਗੱਲ ਨਾਲ ਪ੍ਰੋਬਲਮ ਜੁੜੀ ਹੋਈ ਹੈ ਕਿ ਦਿੱਲੀ ਦੀ ਤੁਹਾਡੀਆਂ ਕਿਤਾਬਾਂ ਨਹੀਂ ਮਿਲ ਰਹੀਆਂ ਮੈਂ ਕਿਹਾ ਹੌਸਲਾ ਕਰੋ ਨਵੰਬਰ ਦੇ ਵਿੱਚ ਮੈਂ ਇੰਡੀਆ ਆ ਰਿਹਾ ਤੇ ਕਿਤਾਬਾਂ ਮੇਰੇ ਘਰ ਪਈਆਂ ਉਹ ਕਿਤਾਬਾਂ ਇਥੋਂ ਲੱਭਦੇ ਲੁੱਦੇ ਵੀ ਫਿਰਦੇ ਰਹੇ ਜਲੰਧਰ ਆ ਕੇ ਵੀ ਕਿਉਂਕਿ ਉਹ ਪਬਲਿਸ਼ਰੀ ਮੈਂ ਸੀ ਤੇ ਸਾਰੀ 3.5 ਸੌ ਕਿਤਾਬ ਛਪਾਈ ਸੀ 100 150 200 ਨਿਕਲ ਗਈ ਸੀ 200 ਨਿਕਲ ਗਈ ਸੀ ਤੇ ਬਾਕੀ ਮੇ ਕੋਲ 50 ਕਿਤਾਬਾਂ ਪਈਆਂ ਸੀ ਉਹਨਾਂ ਚੋਂ ਮੈਂ ਕੁਝ ਕਿਤਾਬਾਂ ਰੱਖ ਕੇ 40 ਕਿਤਾਬਾਂ ਉਹਨਾਂ ਦੇ ਬੰਦੇ ਨੂੰ ਦਿੱਤੀਆਂ ਫਿਰ ਹੁਣ ਨਵਾਂ ਐਡੀਸ਼ਨ ਛਪਣਾ ਸ਼ੁਰੂ ਹੋਊਗਾ ਤੇ ਉਹਦੇ ਬਾਰੇ ਬਹੁਤਾ ਜਿਹੜਾ ਟੈਣਾ ਸਾਹਿਬ ਵੱਡੀ ਗੱਲ ਜਿਹੜੀ ਹੈਗੀ ਆ ਮੇਰੀ ਗੈਰ ਹਾਜ਼ਰੀ ਵਿੱਚ ਮੇਰੀ ਕਿਤਾਬ ਦਾ ਚੁਣਿਆ ਜਾਣਾ ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲੋਂ ਉਸ ਕਿਤਾਬ ਨੂੰ ਚਿਮਟੇ ਨਾਲ ਵੀ ਨਾ ਚੁੱਕਣਾ ਹਾਂ ਤੇ ਦਿੱਲੀ ਯੂਨੀਵਰਸਿਟੀ ਨੇ ਐਡਾ ਵੱਡਾ ਮਾਰਕਾ ਮਾਰਤਾ ਉਹ ਵੀ ਮੇਰੀ ਘਰ ਆਜ਼ਮੀ ਚ ਇਹ ਬਾਕਸ ਆਈਟਮ ਇਹ ਹੈ ਅਸਲ ਵਿੱਚ ਅੱਜ ਦੇ ਕੀ ਰੂਜਵੇਂ ਨੇ 4 ਮਹੀਨੇ ਲਈ ਇੱਥੇ ਆਇਆ ਸੀਗਾ ਹੂੰ ਇੱਥੇ ਦੇ ਬੜੇ ਘੱਟੇ ਮਿੱਟੇ ਤਜਰਬੇ ਰਹੇ ਦੋਸਤ ਕੋਈ ਗੁਜ਼ਰ ਗਏ ਉਹਨਾਂ ਦੇ ਰਸਮਾਂ ਵਿੱਚ ਪਿਆਰੇ ਹਾਂ ਕੋਈ ਰਿਸ਼ਤੇਦਾਰੀਆਂ ਚ ਵੀ ਤਾਂ ਹੋਈਆਂ ਮੌਤਾਂ ਹੋਈਆਂ ਕੋਈ ਖੁਸ਼ੀਆਂ ਵੀ ਹੋਈਆਂ ਤੇ ਐ 28 ਤਰੀਕ ਨੂੰ ਮੇਸਟਰ ਬਨੁਰਿਆਂ ਵਾਪਸ ਤੇ ਕੀ ਲਿਖ ਰਹੇ ਹਾਂ ਕੀ ਪੜ ਰਹੇ ਹਾਂ ਕੀ ਨਿਰਦੇਸ਼ਨ ਕਰ ਰਹੇ ਹਾਂ ਮੈਂ ਹੁਣ ਇਸ ਟਾਈਮ ਤੇ ਅਜੇ ਕੁਝ ਨਹੀਂ ਕਰ ਰਿਹਾ ਪਰ ਜਿਹੜਾ ਸਿਰ ਹੈਗਾ ਇਹਨੂੰ ਸੋਚਣ ਦੀ ਆਦਤ ਆ ਤੇ ਕੁਝ ਨਾ ਕੁਝ ਸੋਚਦੇ ਰਹੀਦਾ ਪਰ ਹੁਣ ਕਹਿ ਸਕਦੇ ਹਾਂ ਉਦਾਂ ਮੈਂ ਮਤਲਬ ਲੰਮਾ ਨਹੀਂ ਪਿਆ ਕਦੇ ਵੀ ਤੇ ਪਰ ਥੋੜਾ ਜਿਹਾ ਜਿਹੜਾ ਹੈ ਨਾ ਜੋ ਦੇਖ ਕੇ ਸਾਰਾ ਕੁਝ ਵੀ ਮਿਹਨਤ ਕਰਨ ਵਾਲੇ ਹੋਰ ਲੋਕ ਨੇ ਨਾਮ ਤੇ ਕਨਾਮ ਲੈਣ ਵਾਲੇ ਹੋਰ ਲੋਕ ਨੇ ਬੜਾਈਆਂ ਕੁਝ ਹੋਰ ਕਰਵਾਈ ਜਾ ਰਹੇ ਹਨ ਜਿਹੜੇ ਮਿਹਨਤ ਕਰਨ ਵਾਲੇ ਉਹ ਮਿਹਨਤ ਥੱਲੇ ਹੀ ਦਬ ਜਾਂਦੇ ਆ ਥੋੜਾ ਜਿਹਾ ਨਰਾਸ਼ ਹਾਂ ਜ਼ਿਆਦਾ ਨਹੀਂ ਪਰ ਦਿੱਲੀ ਯੂਨੀਵਰਸਿਟੀ ਨੇ ਮੇਰੀ ਕਿਤਾਬ ਸਿਲੈਕਟ ਕਰਕੇ ਮੈਨੂੰ ਇੱਕ ਵਾਰੀ ਫਿਰ ਚਿਤਾਰ ਦਿੱਤਾ ਕਿ ਮਿਹਨਤ ਕੀਤੀ ਹੋਵੇ ਤਾਂ ਉਹਦਾ ਫਲ ਮਿਲਦਾ ਹੈ ਜੀ ਬਕਸ਼ਿੰਦਰ ਜੀ ਜਿੰਨਾ ਤੁਹਾਡਾ ਜ਼ਿੰਦਗੀ ਦਾ ਤਜਰਬਾ ਹੈ ਜਿੰਨਾ ਫਿਲਮੀ ਖੇਤਰ ਦੇ ਬਾਰੇ ਤੁਹਾਨੂੰ ਗਿਆਨ ਆ ਭਾਵੇਂ ਘੰਟਿਆਂ ਬੱਧੀ ਇਹ ਅਸੀਂ ਗਿਆਨ ਆ ਜਿਹੜਾ ਉਹ ਲਈ ਜਾਗੇ ਤੁਹਾਡੇ ਕੋਲੋਂ ਦਰਸ਼ਕਾਂ ਦੇ ਨਾਲ ਸਾਂਝਾ ਕਰੀ ਜਾਗੇ ਉਹ ਵੀ ਥੋੜਾ ਹੋਊਗਾ ਮੇਰਾ ਖਿਆਲ ਪਰ ਜੋ ਵਕਤ ਦੀ ਘਾਟ ਆ ਉਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਤੁਸੀਂ ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ ਸਟੂਡੀਓ ਦੇ ਵਿੱਚ ਆਏ ਹੋ ਵਕਤ ਆਪਣਾ ਕੀਮਤੀ ਕੱਢਿਆ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਸ਼ੁਕਰੀਆ ਅ ਦੋਸਤੋ ਇਹ ਸਨ ਬਕਸ਼ਿੰਦਰ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ਆਪਣੇ ਕੀਤੇ ਹੋਏ ਕੰਮਾਂ ਦੇ ਵੇਰਵੇ ਜਿਹੜੇ ਉਹ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ ਉਮੀਦ ਹੈ ਤੁਹਾਨੂੰ ਇਹਨਾਂ ਦੇ ਨਾਲ ਕੀਤੀ ਗਈ ਇਹ ਗੱਲਬਾਤ ਪਸੰਦ ਆਈ ਹੋਵੇਗੀ ਹੁਣ ਦਿਓ ਆਗਿਆ ਤੁਹਾਡੀ ਬਹੁਤ ਬਹੁਤ ਮਿਹਰਬਾਨੀ